ਮੇਰੇ ਦਫ਼ਤਰ ਦੇ ਸਾਹਮਣੇ ਇੱਕ ਰਸਤਾ ਜਾਂਦਾ ਜੋ ਪਿਛਲੇ ਚੈਂਬਰਾਂ ਦੇ ਵਿੱਚ ਜਾਂਦਾ ਹੈਗਾ, ਤਾਂ ਉੱਥੇ ਇੱਕ ਗੱਡੀ ਸਾਡੇ ਐਡਵੋਕੇਟ ਅਮਰਿੰਦਰ ਮਾਨ ਉਸ ਆਪਦੀ ਗੱਡੀ ਤੋਂ ਜਾ ਰਹੇ ਸੀਗੇ, ਤਾਂ ਸਾਹਮਣੇ ਇੱਕ ਗੱਡੀ ਟੋਇਟਾ ਲੀਵਾ ਗੱਡੀ ਖੜ੍ਹੀ ਸੀ ਉਹਦੇ ਵਿੱਚ, ਉਹ ਪਾਰਕ ਦੇ ਵਿੱਚ ਗਲਤ ਖੜ੍ਹੀ ਸੀ ਕਿਉਂਕਿ ਉਹ ਰਸਤੇ ਨੂੰ ਬਲੋਕ ਕੀਤਾ ਹੋਇਆ ਸੀ। ਉਸ ਰਸਤੇ ਤੋਂ ਲੰਘਣ ਦੇ ਵਾਸਤੇ ਸਾਡੇ ਐਡਵੋਕੇਟ ਨੇ ਅਮਰਿੰਦਰ ਮਾਨ ਨੇ ਉਹਨੂੰ ਹੌਰਨ ਵਜਾਇਆ ਜਾਂ ਉਹਨੂੰ ਕਿਹਾ, ਤਾਂ ਉਹਨਾਂ ਦੇ ਵਿੱਚ ਕੋਈ ਤੂੰ ਚਲਾਕ ਐਵੇਂ ਹੋ ਗਈ ਉੱਥੇ, ਤਾਂ ਉਸ ਗੱਲ ਨੂੰ ਲੈ ਕੇ ਸਾਰਾ ਇਹ ਜਿਹੜਾ ਮਸਲਾ ਸੀ ਗੋਲੀ ਤੱਕ ਆ ਪਹੁੰਚਿਆ। ਉਹਨਾਂ ਕੋਲ ਜਿਹੜੇ ਜਿਨ੍ਹਾਂ ਨੇ ਗੋਲੀ ਚਲਾਈ ਆ, ਉਹ ਉਹਨਾਂ ਕੋਲ ਪਿਸਟਲ 445 ਬੋਰ ਦਾ ਪਿਸਟਲ ਸੀ, ਬੜਾ ਖਤਰਨਾਕ ਪਿਸਟਲ ਸੀ ਸਿੱਧਾ। ਉਹ ਜੇਕਰ ਅਸੀਂ ਉਹਨੂੰ ਦਬੋਚਦੇ ਨਾ, ਜਾਂ ਜਿੰਨੇ ਉੱਥੇ ਭੀੜ ਸੀਗੀ ਜਾਂ ਐਡਵੋਕੇਟ ਸੀਗੇ ਜਿਹੜੇ ਸਾਡੇ ਕਲਰਕ ਸੀਗੇ, ਜੇ ਉਹਨਾਂ ਨੂੰ ਨਾ ਫੜਦੇ ਤਾਂ ਹੋ ਸਕਦਾ ਇਹ ਬਹੁਤ ਵੱਡਾ ਹਾਦਸਾ ਹੋ ਜਾਂਦਾ, ਕਿਸੇ ਨੂੰ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਤਾਂ ਇਹ ਗੋਲੀ ਹੈ ਜਿਹੜੀ ਉਹਨੂੰ ਆਪਦੀ ਜਿਹੜੀ ਉਹਦੀ ਆਪਦੀ ਗੱਡੀ ਸੀ, ਗੱਡੀ ਦੇ ਵਿੱਚ ਹੀ ਗੋਲੀ ਚੱਲ ਗਈ, ਜਿਹੜੀ ਸੀਟ ਦੇ ਵਿੱਚ ਹੁੰਦੀ ਹੋਈ ਜ਼ਮੀਨੀ ਫੈਰ ਬਣ ਗਿਆ। ਇਹ ਸਾਰੀ ਘਟਨਾ ਸੀਗੀ। ਤਾਂ ਇਸ ਤੋਂ ਬਾਅਦ ਵਕੀਲਾਂ ਨੇ ਸਟ੍ਰਾਈਕ ਕਰਕੇ ਸ਼ਿਕਾਇਤ ਕੀਤੀ, ਤਾਂ ਮੌਕੇ 'ਤੇ ਪੁਲਿਸ ਆਈ। ਤਾਂ ਹੁਣ ਇਹਦੀ ਜਿਹੜੀ ਜੋ ਵੀ ਕਾਰਵਾਈ ਬਣੂਗੀ, ਜੋ ਜਿਸ ਤਰ੍ਹਾਂ ਸਾਡੇ ਜਿਹੜੇ ਸਾਡੇ ਸੀਨੀਅਰ ਐਡਵੋਕੇਟਸ ਨੇ ਸਾਡੀ ਵਾਰਿਸ ਚੱਲੂਗੀ, ਉਹਦੇ ਅਕੋਰਡਿੰਗ ਹੀ ਇਹ FIR ਹੋਊਗੀ। ਜੋ ਕਾਰਵਾਈ ਹੋਊਗੀ ਭਵਿੱਖ ਦੇ ਵਿੱਚ, ਉਸ ਅਨੁਸਾਰ ਇਹ ਵਕੀਲ ਆ ਕੇ ਇਸ ਨੂੰ ਫੇਸ ਕਰਨਗੇ। ਸਰ, ਕਚਹਿਰੀ ਦੇ ਵਿੱਚ ਇੱਕ ਗੋਲੀ ਚੱਲੀ ਹੈ, ਸਰ ਕੀ ਕਹਿਣਾ ਚਾਹੋਗੇ, ਸਰ ਕੀ ਮਾਮਲਾ ਹੈ? ਇਹਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਕਚਹਿਰੀ ਦੇ ਵਿੱਚ ਕੋਈ ਫਾਇਰ ਇੰਸੀਡੈਂਟ ਹੋਇਆ, ਤਾਂ ਅਸੀਂ ਉੱਥੇ ਮੌਕੇ 'ਤੇ ਪੁੱਜ ਕੇ ਜਿਹੜਾ ਫਾਇਰ ਕਰਨ ਵਾਲਾ ਵਿਅਕਤੀ ਸੀ ਉਹਨੂੰ ਡਿਟੇਨ ਕਰ ਲਿਆ। ਉਹਦੇ 'ਚ ਪੂਰਾ ਮਾਮਲਾ ਇਹ ਹੈਗਾ ਸੀ ਕਿ ਉੱਥੇ ਇੱਕ ਵਕੀਲ ਸਾਹਿਬ ਹੈਗੇ ਆ ਅਮਰਿੰਦਰ ਸਿੰਘ ਮਾਨ, ਇਹਨਾਂ ਦਾ ਜਿਹੜਾ ਵਿਅਕਤੀ ਸੀ ਫਾਇਰ ਕਰਨ ਵਾਲਾ ਹਰਸ਼ਦੀਪ ਸਿੰਘ ਬਰਨਾਲਾ ਦਾ ਰਹਿਣ ਵਾਲੇ ਹੈਗੇ ਇਹ, ਇਹਨਾਂ ਦਾ ਪਾਰਕਿੰਗ ਨੂੰ ਲੈ ਕੇ ਕੋਈ ਇਸ਼ੂ ਹੋ ਗਿਆ ਸੀ, ਉਹਦੇ 'ਚ ਤਕਰਾਰ ਦੇ ਵਿੱਚ ਉਹਨਾਂ ਤੋਂ ਫਾਇਰ ਇੰਸੀਡੈਂਟ ਉੱਥੇ ਹੋਇਆ ਸੀ। ਸਰ, ਵੈਪਨ ਰਿਕਵਰ ਕਰਿਆ ਅਤੇ ਵੈਪਨ ਲਾਇਸੈਂਸੀ ਸੀ? ਹਾਂਜੀ, ਅਸੀਂ ਵੈਪਨ ਰਿਕਵਰ ਕਰ ਲਿਆ ਹੈਗਾ ਅਤੇ ਜਿਹੜਾ ਇਹਦੇ ਲਾਇਸੈਂਸ ਹੋਣ ਬਾਰੇ ਅਸੀਂ ਤਫਤੀਸ਼ ਕਰ ਰਹੀ ਹੈ ਸਾਡੀ। ਅਤੇ ਸਰ, ਹੋਰ ਵੀ ਕੁਝ ਰਿਕਵਰ ਕੀਤਾ? ਉਹਦੇ 'ਚ ਬਸ ਇੱਕ ਉਹਨਾਂ ਦਾ ਵੈਪਨ ਹੈਗਾ ਅਤੇ ਉਹਦੀ ਕਾਰ ਬਰਾਮਦ ਕੀਤੀ। ਮੇਰੇ ਦਫ਼ਤਰ ਦੇ ਸਾਹਮਣੇ ਇੱਕ ਰਸਤਾ ਜਾਂਦਾ ਜੋ ਪਿਛਲੇ ਚੈਂਬਰਾਂ ਦੇ ਵਿੱਚ ਜਾਂਦਾ ਹੈਗਾ, ਤਾਂ ਉੱਥੇ ਇੱਕ ਗੱਡੀ ਸਾਡੇ ਐਡਵੋਕੇਟ ਅਮਰਿੰਦਰ ਮਾਨ ਉਸ ਆਪਦੀ ਗੱਡੀ ਤੋਂ ਜਾ ਰਹੇ ਸੀਗੇ, ਤਾਂ ਸਾਹਮਣੇ ਇੱਕ ਗੱਡੀ ਟੋਇਟਾ ਲੀਵਾ ਗੱਡੀ ਖੜ੍ਹੀ ਸੀ ਉਹਦੇ ਵਿੱਚ, ਉਹ ਪਾਰਕ ਦੇ ਵਿੱਚ ਗਲਤ ਖੜ੍ਹੀ ਸੀ ਕਿਉਂਕਿ ਉਹ ਰਸਤੇ ਨੂੰ ਬਲੋਕ ਕੀਤਾ ਹੋਇਆ ਸੀ। ਉਸ ਰਸਤੇ ਤੋਂ ਲੰਘਣ ਦੇ ਵਾਸਤੇ ਸਾਡੇ ਐਡਵੋਕੇਟ ਨੇ ਅਮਰਿੰਦਰ ਮਾਨ ਨੇ ਉਹਨੂੰ ਹੌਰਨ ਵਜਾਇਆ ਜਾਂ ਉਹਨੂੰ ਕਿਹਾ, ਤਾਂ ਉਹਨਾਂ ਦੇ ਵਿੱਚ ਕੋਈ ਤੂੰ ਚਲਾਕ ਐਵੇਂ ਹੋ ਗਈ ਉੱਥੇ, ਤਾਂ ਉਸ ਗੱਲ ਨੂੰ ਲੈ ਕੇ ਸਾਰਾ ਇਹ ਜਿਹੜਾ ਮਸਲਾ ਸੀ ਗੋਲੀ ਤੱਕ ਆ ਪਹੁੰਚਿਆ। ਉਹਨਾਂ ਕੋਲ ਜਿਹੜੇ ਜਿਨ੍ਹਾਂ ਨੇ ਗੋਲੀ ਚਲਾਈ ਆ, ਉਹ ਉਹਨਾਂ ਕੋਲ ਪਿਸਟਲ 445 ਬੋਰ ਦਾ ਪਿਸਟਲ ਸੀ, ਬੜਾ ਖਤਰਨਾਕ ਪਿਸਟਲ ਸੀ ਸਿੱਧਾ। ਉਹ ਜੇਕਰ ਅਸੀਂ ਉਹਨੂੰ ਦਬੋਚਦੇ ਨਾ, ਜਾਂ ਜਿੰਨੇ ਉੱਥੇ ਭੀੜ ਸੀਗੀ ਜਾਂ ਐਡਵੋਕੇਟ ਸੀਗੇ ਜਿਹੜੇ ਸਾਡੇ ਕਲਰਕ ਸੀਗੇ, ਜੇ ਉਹਨਾਂ ਨੂੰ ਨਾ ਫੜਦੇ ਤਾਂ ਹੋ ਸਕਦਾ ਇਹ ਬਹੁਤ ਵੱਡਾ ਹਾਦਸਾ ਹੋ ਜਾਂਦਾ, ਕਿਸੇ ਨੂੰ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਤਾਂ ਇਹ ਗੋਲੀ ਹੈ ਜਿਹੜੀ ਉਹਨੂੰ ਆਪਦੀ ਜਿਹੜੀ ਉਹਦੀ ਆਪਦੀ ਗੱਡੀ ਸੀ, ਗੱਡੀ ਦੇ ਵਿੱਚ ਹੀ ਗੋਲੀ ਚੱਲ ਗਈ, ਜਿਹੜੀ ਸੀਟ ਦੇ ਵਿੱਚ ਹੁੰਦੀ ਹੋਈ ਜ਼ਮੀਨੀ ਫੈਰ ਬਣ ਗਿਆ। ਇਹ ਸਾਰੀ ਘਟਨਾ ਸੀਗੀ। ਤਾਂ ਇਸ ਤੋਂ ਬਾਅਦ ਵਕੀਲਾਂ ਨੇ ਸਟ੍ਰਾਈਕ ਕਰਕੇ ਸ਼ਿਕਾਇਤ ਕੀਤੀ, ਤਾਂ ਮੌਕੇ 'ਤੇ ਪੁਲਿਸ ਆਈ। ਤਾਂ ਹੁਣ ਇਹਦੀ ਜਿਹੜੀ ਜੋ ਵੀ ਕਾਰਵਾਈ ਬਣੂਗੀ, ਜੋ ਜਿਸ ਤਰ੍ਹਾਂ ਸਾਡੇ ਜਿਹੜੇ ਸਾਡੇ ਸੀਨੀਅਰ ਐਡਵੋਕੇਟਸ ਨੇ ਸਾਡੀ ਵਾਰਿਸ ਚੱਲੂਗੀ, ਉਹਦੇ ਅਕੋਰਡਿੰਗ ਹੀ ਇਹ FIR ਹੋਊਗੀ। ਜੋ ਕਾਰਵਾਈ ਹੋਊਗੀ ਭਵਿੱਖ ਦੇ ਵਿੱਚ, ਉਸ ਅਨੁਸਾਰ ਇਹ ਵਕੀਲ ਆ ਕੇ ਇਸ ਨੂੰ ਫੇਸ ਕਰਨਗੇ।
ਸਰ ਕਚਹਿਰੀ ਦੇ ਵਿੱਚ ਇੱਕ ਗੋਲੀ ਚੱਲੀ ਹੈ ਸਰ, ਕੀ ਕਹਿਣਾ ਚਾਹੋਗੇ ਸਰ, ਕੀ ਮਾਮਲਾ ਹੈ? ਇਹਦੇ ਵਿੱਚ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਫਾਇਰ ਕੋਈ ਕਚਹਿਰੀ ਦੇ ਵਿੱਚ ਕੋਈ ਫਾਇਰ ਇੰਸੀਡੈਂਟ ਹੋਇਆ ਤਾਂ ਅਸੀਂ ਉੱਥੇ ਮੌਕੇ 'ਤੇ ਪੁੱਜ ਕੇ ਜਿਹੜਾ ਫਾਇਰ ਕਰਨ ਵਾਲਾ ਵਿਅਕਤੀ ਸੀ ਉਹਨੂੰ ਡਿਟੇਨ ਕਰ ਲਿਆ। ਉਹਦੇ 'ਚ ਪੂਰਾ ਮਾਮਲਾ ਇਹ ਹੈਗਾ ਸੀ ਕਿ ਉੱਥੇ ਇੱਕ ਵਕੀਲ ਸਾਹਿਬ ਹੈਗੇ ਆ ਅਮਰਿੰਦਰ ਸਿੰਘ ਮਾਨ, ਇਹਨਾਂ ਦਾ ਜਿਹੜਾ ਵਿਅਕਤੀ ਸੀ ਫਾਇਰ ਕਰਨ ਵਾਲਾ ਹਰਸ਼ਦੀਪ ਸਿੰਘ ਬਰਨਾਲਾ ਦਾ ਰਹਿਣ ਵਾਲੇ ਹੈਗੇ ਇਹ, ਇਹਨਾਂ ਦਾ ਪਾਰਕਿੰਗ ਨੂੰ ਲੈ ਕੇ ਕੋਈ ਇਸ਼ੂ ਹੋ ਗਿਆ ਸੀ, ਉਹਦੇ 'ਚ ਤਕਰਾਰ ਦੇ ਵਿੱਚ ਉਹਨਾਂ ਤੋਂ ਫਾਇਰ ਇੰਸੀਡੈਂਟ ਉੱਥੇ ਹੋਇਆ ਸੀ। ਸਰ ਵੈਪਨ ਰਿਕਵਰ ਕਰਿਆ ਅਤੇ ਵੈਪਨ ਲਾਇਸੈਂਸੀ ਸੀ? ਹਾਂਜੀ, ਅਸੀਂ ਵੈਪਨ ਰਿਕਵਰ ਕਰ ਲਿਆ ਹੈਗਾ ਅਤੇ ਜਿਹੜਾ ਇਹਦੇ ਲਾਇਸੈਂਸ ਹੋਣ ਬਾਰੇ ਅਸੀਂ ਤਫਤੀਸ਼ ਕਰ ਰਹੀ ਹੈ ਸਾਡੀ। ਅਤੇ ਸਰ ਹੋਰ ਵੀ ਕੁਝ ਰਿਕਵਰ ਕੀਤਾ? ਉਹਦੇ 'ਚ ਬਸ ਇੱਕ ਉਹਨਾਂ ਦਾ ਵੈਪਨ ਹੈਗਾ ਅਤੇ ਉਹਦੀ ਕਾਰ ਬਰਾਮਦ ਕੀਤੀ।